ਦਰਸ਼ਕੋ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਦਿਆ ਦੀਦਾਨੀ ਸੰਸਥਾ ਸ਼ਿਵਾਲਿਕ ਐਕਸਲੈਂਸ ਕਾਲਜ ਆਫ ਨਰਸਿੰਗ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਆਪਣੀਆਂ ਸਰਹਾਲੀ ਦੇ ਵਿੱਚ। ਸਰ ਬਹੁਤ ਨਾਈਸ ਸਰ ਹੈਗੇ ਨੇ ਸਾਡੇ, ਉਹਨਾਂ ਦੇ ਬੇਟੇ ਹੈਗੇ ਮਨਜਿੰਦਰ ਸਿੰਘ ਦੇ। ਸਰ ਬਹੁਤ ਨਾਈਸ ਕੋਆਪਰੇਟਿਵ ਔਰ ਬੈਲਰ ਮੈਡਮ ਨੇ ਆਪਣਾ, ਗੁਰਿੰਦਰ ਬੈਲਰ ਮੈਮ, ਉਹ ਵੀ ਬਹੁਤ ਨਾਈਸ ਨੇ। ਜੀਨੀਆ ਦੀਦੀ ਨੇ, ਜੀਨੀਆ ਦੀਦੀ ਬਹੁਤ ਅੱਛੀ, ਇਹਨਾਂ ਦੀ ਬੇਟੀ ਹੈਗੀ ਹੈ ਮੈਨੇਜਮੈਂਟ ਦੀ, ਉਹ ਵੀ ਬਹੁਤ ਅੱਛਾ ਰੋਲ ਆਪਣਾ ਇੱਥੇ ਆਪਣਾ ਦੇ ਰਹੇ ਨੇ। ਦਰਸ਼ਕੋ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਦਿਆ ਦੀਦਾਨੀ ਸੰਸਥਾ ਸ਼ਿਵਾਲਿਕ ਐਕਸਲੈਂਸ ਕਾਲਜ ਆਫ ਨਰਸਿੰਗ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਆਪਣੀਆਂ ਸਰਹਾਲੀ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਜਿਹੜੀ ਇੱਕ ਮਾਰਗਦਰਸ਼ਕ ਬਣ ਰਹੀ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਅੱਜ ਦੇਸ਼ ਵਿਦੇਸ਼ਾਂ ਦੇ ਵਿੱਚ ਸੇਵਾ ਕਰ ਰਹੇ ਨੇ। ਆਪਾਂ ਕਿਸੇ ਵੀ ਕੰਟਰੀ ਚਲੇ ਜਾਈਏ ਤਾਂ ਆਪਾਂ ਨੂੰ ਸ਼ਿਵਾਲਿਕ ਦੇ ਬੱਚੇ ਜ਼ਰੂਰ ਮਿਲਣਗੇ, ਕਿਸੇ ਵੱਡੇ ਹੋਸਪਿਟਲ ਚਲੇ ਜਾਈਏ ਸ਼ਿਵਾਲਿਕ ਦੇ ਬੱਚੇ ਮਿਲਣਗੇ। ਔਰ ਗੱਲ ਕਰ ਰਹੇ ਹਾਂ ਪ੍ਰਿੰਸੀਪਲ ਮੈਡਮ ਨਾਲ, ਜਿਨ੍ਹਾਂ ਨੇ ਲੰਬਾ ਸਮਾਂ ਇਸ ਸੰਸਥਾ ਦੇ ਨਾਲ 9 ਮਾਸ ਦਾ ਰਿਸ਼ਤਾ ਨਿਭਾਇਆ ਔਰ ਬਹੁਤ ਵੱਡੀ ਸੇਵਾ ਕੀਤੀ ਆ। ਮੈਡਮ ਸਵਾਗਤ ਹੈ ਤੁਹਾਡਾ। ਥੈਂਕ ਯੂ। ਮੈਡਮ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਜ਼ਿੰਦਗੀ ਦਾ ਬਹੁਤ ਵੱਡਾ ਸਫ਼ਰ ਜਿਹੜਾ ਹੈਗਾ ਇੱਥੇ ਗੁਜ਼ਰਿਆ, ਔਰ ਬੱਚਿਆਂ ਨੂੰ, ਮਤਲਬ ਜਦੋਂ ਬੱਚਿਆਂ ਨੂੰ ਤੁਹਾਡਾ ਆਉਂਦਾ ਕਿ ਕਿਉਂਕਿ ਤੁਸੀਂ ਮਿਹਨਤ ਕੀਤੀ ਇਸ ਕਾਲਜ ਨੂੰ ਬਹੁਤ ਅੱਗੇ ਲੈ ਕੇ ਗਏ ਹੋ, ਗ੍ਰੈਜੂਏਟੀ ਨਾਲ ਲੈਸ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਲੈਬਸ ਜਿਹੜੀ ਹੈਗੀ ਇੱਥੇ ਸਟੈਬਲਿਸ਼ ਕੀਤੀ ਹੈ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿ ਸਾਡੇ ਸਕੂਲ ਦਾ ਵੈਸੇ ਵੀ ਬਹੁਤ ਨਾਮ ਹੈਗਾ ਸ਼ਿਵਾਲਿਕ ਐਕਸਲੈਂਸ ਇੰਸਟੀਚਿਊਟ ਆਫ ਨਰਸਿੰਗ ਦਾ। ਮੈਨੂੰ ਵੀ ਇੱਥੇ, ਮਤਲਬ ਕਿ 2013 ਦੀ ਇੱਥੇ ਮੈਂ ਵਰਕ ਕਰ ਰਹੀ ਹਾਂ ਐਜ਼ ਅ ਪ੍ਰਿੰਸੀਪਲ ਮੈਮ, ਠੀਕ ਹੈ। ਔਰ ਜਿਹੜੇ ਮੇਰੇ ਸਟੂਡੈਂਟਸ ਹੈਗੇ ਨੇ ਅੱਛੀ ਅੱਛੀ ਜੋਬਸ 'ਤੇ ਲੱਗੇ ਹੋਏ ਨੇ, ਗੌਰਮੈਂਟ ਜੋਬ 'ਤੇ ਹੈਗੇ ਹੋਏ ਨੇ, ਕੋਈ ਡੀ ਐਡਿਕਸ਼ਨਸ 'ਤੇ ਲੱਗੇ ਹੋਏ ਨੇ ਬੱਚੇ। ਔਰ ਇੱਥੋਂ ਦੀ ਜਿਹੜੀ ਸਟੱਡੀ ਹੈ ਬਹੁਤ ਗੁੱਡ ਹੈਗੀ, ਅਸੀਂ ਅੱਛੇ ਟੀਚਰਸ ਰੱਖੇ ਹੋਏ ਨੇ, ਵੈਲ ਐਜੂਕੇਟਿਡ ਟੀਚਰਸ ਰੱਖੇ ਹੋਏ ਨੇ। ਔਰ ਜਿਹੜਾ ਸਾਡਾ ਇੱਥੋਂ ਦਾ, ਮਤਲਬ ਕਿ ਸਾਰਾ ਕੀ ਨਾਮ ਹੈ ਆਪਣਾ, ਇੰਸਟਰਕਚਰ ਹੈ ਬਹੁਤ ਵਧੀਆ, ਸਾਰੀਆਂ ਲੈਬਸ ਵਧੀਆ ਹੈਗੀਆਂ ਸਾਡੀਆਂ, ਅਸੀਂ ਹਰ ਚੀਜ਼, ਮਤਲਬ ਕਿ ਜਿਹੜੀਆਂ ਔਨ ਡਿਮਾਂਡ ਹੁੰਦੀਆਂ ਸੀ ਉਹ ਰੱਖੀਆਂ ਹੋਈਆਂ, ਨਿਊ ਟੈਕਨੀਕਸ ਰੱਖੀਆਂ ਹੋਈਆਂ ਸਾਰੀਆਂ। ਔਰ ਅਸੀਂ ਅੱਛੀ ਤਰ੍ਹਾਂ ਬੱਚਿਆਂ ਨੂੰ, ਮਤਲਬ ਕਿ ਸਟੱਡੀ ਕਰਾਈ ਦੀਆਂ, ਮੇਰੀਆਂ ਟੀਚਰਸ ਬਹੁਤ ਹਾਰਡ ਵਰਕਸ ਹੈਗੀਆਂ, ਔਰ ਜੋ ਮੇਰੀ ਮੈਨੇਜਮੈਂਟ ਹੈ ਦੇ ਆਰ ਵੈਰੀ ਨਾਈਸ, ਗੁੱਡ ਕੋਆਪਰੇਟਿਵ, ਔਰ ਜੋ ਹੋਰ ਅੱਛਾ ਪ੍ਰੈਕਟੀਕਲ ਸਿੱਖ ਰਹੇ ਨੇ, ਔਰ ਸਕੂਲ ਵਿੱਚ ਥਿਊਰੀ ਅੱਛੀ ਹੋ ਰਹੀ ਉਹਨਾਂ ਦੀ ਔਰ ਪ੍ਰੈਕਟੀਕਲ ਵਰਕ ਵੀ ਅੱਛਾ ਹੋ ਰਿਹਾ। ਮੇਰੇ ਟੀਚਰਸ ਨਾਲ ਜਾਂਦੇ ਨੇ ਪ੍ਰੈਕਟੀਕਲ 'ਤੇ, ਬੱਚਿਆਂ ਨੂੰ ਇਕੱਲੇ ਨਹੀਂ ਛੱਡੀਦਾ ਕਿਉਂਕਿ ਉੱਥੇ ਪ੍ਰੈਕਟਿਸ ਕਰਾਉਣੀ ਹੁੰਦੀ ਬੱਚਿਆਂ ਨੂੰ ਅਸੀਂ, ਅਤੇ ਇਸ ਲਈ ਅੱਛੀ ਡੈਮੋ ਦੇ ਰਹੇ ਹਾਂ ਬੱਚਿਆਂ ਨੂੰ, ਔਰ ਬੱਚੇ ਵੀ ਅੱਛੀ ਤਰ੍ਹਾਂ ਪੌਪ ਅਪ ਕਰਦੇ ਨੇ ਸਾਡੇ ਨਾਲ। ਮੈਡਮ ਤੁਸੀਂ ਆਪ ਖੁਦ ਵੀ ਟੀਚਿੰਗ ਕਰਦੇ ਹੋ ਨਾਲ, ਔਰ ਨਾਲ ਤੁਸੀਂ ਐਜ਼ ਅ ਪ੍ਰਿੰਸੀਪਲ ਵੀ ਸੇਵਾਵਾਂ ਦੇ ਰਹੇ ਹੋ, ਦਾਨੀ ਤੁਸੀਂ ਹੋ, ਔਰ ਹਮੇਸ਼ਾ ਤੁਸੀਂ ਇਸ ਕਾਲਜ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ, ਕਿਉਂਕਿ ਡਾਇਰੈਕਟਰਸ ਨੇ ਤੁਹਾਨੂੰ ਫ੍ਰੀ ਹੈਂਡ ਦਿੱਤਾ, ਉਹ ਵੀ ਇਹ ਕਹਿੰਦੇ ਆ ਵੀ ਭਾਈ ਜਿੱਦਾਂ ਮਰਜ਼ੀ ਕਰਨਾ, ਜੋ ਤੈਨੂੰ ਚਾਹੀਦਾ ਸਾਨੂੰ ਦੱਸ, ਹੁਣ ਉਹ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸਾ ਦੇ, ਉਹ ਕਹਿੰਦੇ ਵੀ ਤੂੰ ਦੱਸ ਜੇ ਇਹਦਾ ਕੁਝ ਤੈਨੂੰ ਚਾਹੀਦਾ, ਪਰ ਇਹ ਕਾਲਜ ਜਿਹੜਾ ਵਧੀਆ ਬਣਨਾ ਚਾਹੀਦਾ, ਵਧੀਆ ਬਣਨਾ ਚਾਹੀਦਾ। ਬਿਲਕੁਲ, ਮੈਂ ਵੀ ਨਾਲ, ਮਤਲਬ ਕਿ ਕਲਾਸਿਸ ਲੈਂਦੀ ਹਾਂ, ਮੈਂ ਕਮਿਊਨਿਟੀ ਹੈਲਥ ਨਰਸਿੰਗ ਲੈ ਰਹੀ ਹਾਂ, ਫੰਡਾਮੈਂਟਲ ਆਫ ਨਰਸਿੰਗ ਲੈ ਰਹੀ ਹਾਂ, ਮੈਡੀਕਲ ਸਰਜੀਕਲ ਦੇ ਪ੍ਰੈਕਟੀਕਲਸ ਕਰਾਈਦੇ ਨੇ,
ਮੈਂ ਵੀ ਖੁਦ ਮਤਲਬ ਕਿ ਇਮਾਨ ਨਾਲ ਕਰਾ ਰਹੀ ਟੀਚਰਸ ਦੇ ਨਾਲ, ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਇਕੱਲੇ ਟੀਚਰ ਉਹ ਕਰਨ ਟੀਚ ਕਲਾਸਿਸ ਲੈਣ, ਮੈਂ ਵੀ ਨਾਲ ਖੁਦ ਹੈਲਪ ਕਰ ਰਹੀ ਉਹਨਾਂ ਦੀ। ਮੈਡਮ ਸਰ ਹੋਰਾਂ ਨੇ ਬੂਟਾ ਲਾਇਆ ਸੀਗਾ ਔਰ ਮੈਡਮ ਅਤੇ ਸਰ ਨੇ, ਔਰ ਬੇਟਾ ਵੀ ਜਿਹੜਾ ਹੈਗਾ ਉਹ ਵੀ ਉਹਨਾਂ ਦਾ ਰੂਪ ਹੀ ਆ, ਉਹ ਵੀ ਉੱਦਾਂ ਹੀ ਜਿੱਦਾਂ ਉਹਨਾਂ ਨੇ ਕਰਿਆ ਸੀਗਾ ਬੇਟੇ ਨੇ ਵੀ ਉੱਦਾਂ ਕੀਤਾ। ਸਰ ਬਹੁਤ ਨਾਈਸ ਸਰ ਹੈਗੇ ਨੇ ਸਾਡੇ, ਉਹਨਾਂ ਦੇ ਬੇਟੇ ਹੈਗੇ ਮਨਜਿੰਦਰ ਸਿੰਘ ਦੇ, ਸਰ ਬਹੁਤ ਨਾਈਸ ਕੋਆਪਰੇਟਿਵ, ਔਰ ਬੈਲਾ ਮੈਡਮ ਨੇ ਆਪਣਾ ਗੁਰਿੰਦਰ ਬੈਲਾ ਮੈਮ ਉਹ ਵੀ ਬਹੁਤ ਨਾਈਸ ਨੇ, ਜੀਨੀਆ ਦੀਦੀ ਨੇ, ਜੀਨੀਆ ਦੀਦੀ ਬਹੁਤ ਅੱਛੀ, ਇਹਨਾਂ ਦੀ ਬੇਟੀ ਹੈਗੀ ਹੈ ਮੈਨੇਜਮੈਂਟ ਦੀ, ਉਹ ਵੀ ਬਹੁਤ ਅੱਛਾ ਰੋਲ ਆਪਣਾ ਇੱਥੇ ਆਪਣਾ ਦੇ ਰਹੇ ਨੇ, ਮਤਲਬ ਕਿ ਸਾਰੇ ਜੋ ਜੋ ਸਾਡੀਆਂ ਡਿਮਾਂਡਸ ਹੁੰਦੀਆਂ ਉਹ ਫੁਲਫਿਲ ਕਰਦੇ ਨੇ, ਸਾਡੀਆਂ ਜੋ ਡਿਜ਼ਾਇਰਸ ਹੁੰਦੇ ਉਹ ਫੁਲਫਿਲ ਕਰਦੇ। ਮੈਡਮ ਕਿਹੜੇ ਕਿਹੜੇ ਕੋਰਸਿਸ ਚੱਲ ਰਹੇ ਨੇ ਇੱਥੇ? ਸਾਡੇ ਇੱਥੇ ਕੋਰਸਿਸ ਓਨਲੀ GNM ਚੱਲ ਰਹੇ ਆ, GNM ਕੋਰਸ ਹੀ ਇਕੱਲਾ ਚੱਲ ਰਿਹਾ। ਮੈਡਮ ਕੀ ਕਹਿਣਾ ਚਾਹੋਗੇ ਕਿ GNM ਵਾਲੇ ਜਿਹੜੇ ਬੱਚੇ ਆ, ਕਿਉਂਕਿ ਤੁਸੀਂ ਉਤਸ਼ਾਹਿਤ ਇਸ ਚੀਜ਼ ਤੇ ਕਰ ਦਿਓ, ਮਿਹਨਤ ਤੁਹਾਡੀ ਬਹੁਤ ਜ਼ਿਆਦਾ, ਜਿਹੜੇ GNM ਵਾਲੇ ਬੱਚੇ ਦੂਰੋਂ ਪਤਾ ਲੱਗ ਜਾਂਦਾ ਕਿ ਸ਼ਵਾਲਕ ਵਾਲੇ ਬੱਚੇ, ਕਿਉਂਕਿ ਅੱਛੀ ਤਰ੍ਹਾਂ ਉਹਨਾਂ ਨੂੰ ਅਸੀਂ ਮਿਹਨਤ ਕਰਾ ਰਹੇ ਹਾਂ, ਔਰ ਅੱਛਾ ਪ੍ਰੈਕਟੀਕਲ ਕਰਦੇ ਨੇ, ਔਰ ਅੱਛੇ ਹੋਸਪਿਟਲਸ ਦੇ ਬਾਅਦ ਤੋਂ ਲੱਗਦੇ ਜਦੋਂ 3 ਇਅਰਸ ਕੰਪਲੀਟ ਹੋ ਜਾਂਦੇ ਨੇ ਇਹਨਾਂ ਨੂੰ ਜੋਬ ਵੀ ਅੱਛੀ ਮਿਲ ਜਾਂਦੀ ਹੈ, ਇਹਨਾਂ ਨੂੰ ਸਾਰੇ ਹੋਸਪਿਟਲਸ ਵਾਲੇ ਰੱਖਦੇ ਨੇ, ਅੱਛਾ ਉੱਧਰੋਂ ਆਏ ਗਏ ਸ਼ਿਵਾਲਿਕ ਇੰਸਟੀਚਿਊਟ ਤੋਂ ਆਏ ਨੇ, ਬਹੁਤ ਮਤਲਬ ਕਿ ਅੱਛੇ ਨੇ ਬੱਚੇ। ਮੈਡਮ ਵਿਦੇਸ਼ਾਂ 'ਚ ਕੀ ਸਕੋਪ ਹੈਗਾ ਨਰਸਿੰਗ ਦਾ? ਜਿੱਦਾਂ ਫੋਰਨ ਤਾਂ ਬਹੁਤ ਅਪਰਚੁਨਿਟੀਜ਼ ਨੇ ਇਹਦੀਆਂ, ਅੱਛੀ ਕਿ ਸੈਲਰੀ ਗੁੱਡ ਹੈਗੀ ਹੈ, ਬਹੁਤ ਅੱਛੀ ਸੈਲਰੀ ਹੈ, ਔਰ ਅੱਛੀ ਜੋਬ ਹੈਗੀ ਹੈ, ਔਰ ਅੱਛਾ ਮਤਲਬ ਕਿ ਬੱਚਿਆਂ ਲਈ ਬਹੁਤ ਗੁੱਡ ਅਪਰਚੁਨਿਟੀ ਹੈ, ਈਜ਼ੀ ਹੈ ਕਿ ਰਜਿਸਟਰਡ ਨਰਸ ਬਣ ਕੇ ਉੱਥੇ ਕੁੜੀਆਂ ਜਾ ਰਹੀਆਂ, ਆਪਣਾ UK 'ਤੇ ਜਾ ਰਹੀਆਂ, ਕੈਨੇਡਾ 'ਤੇ ਜਾ ਰਹੀਆਂ, ਬਹੁਤ ਜਗ੍ਹਾ 'ਤੇ ਬੱਚੇ ਜਾ ਰਹੇ ਨੇ, ਆਪਣੇ ਟੈਸਟ ਕਲੀਅਰ ਕਰਦੇ ਨੇ ਉੱਥੇ ਜਾ ਕੇ, ਆਪਣੇ RN ਦਾ ਕਲੀਅਰ ਕਰਦੇ ਟੈਸਟ, ਔਰ ਰਜਿਸਟਰਡ ਨਰਸ ਬਣ ਗਏ। ਥੈਂਕ ਯੂ ਦੇ ਪ੍ਰਿੰਸੀਪਲ ਜਿਹੜੇ ਕਿ ਹਮੇਸ਼ਾ ਨਰਸਰੀ 'ਚ ਰਹਿੰਦੇ ਨੇ, ਆਪਾਂ ਦੇਖ ਸਕਦੇ ਹਾਂ ਕਿ 12:30 ਆ ਲੋਕਾਂ ਦਾ ਪ੍ਰਿੰਸੀਪਲਾਂ ਦਾ ਜਿਹੜਾ ਹੁੰਦਾ ਮੂਡ, ਔਰ ਇਹ ਭੈਣ ਸਾਡੀ ਦੇਖ ਲਓ ਕਿ ਕਿੰਨਾ ਅੱਖਾਂ 'ਚ ਗਲੋ ਹੈਗਾ ਇਹਨਾਂ ਦਾ ਇਸ ਵੇਲੇ ਵੀ। ਭੈਣ ਜੀ ਸਵਾਗਤ ਆ ਤੁਹਾਡਾ ਸਾਨੂੰ, ਅਸੀਂ ਚਾਹਾਂਗੇ ਸਾਰਾ ਕਾਲਜ ਵੀ ਦਿਖਾਓ। ਤੁਹਾਡਾ ਵੀ ਜੀ ਵੈਲਕਮ ਪੰਜਾਬ ਪਲੱਸ ਵੱਲੋਂ। ਇਹ ਸਾਡਾ ਹੈਗਾ ਸੁਪਰਿੰਟੈਂਡੈਂਟ ਆਫਿਸ, ਦਿਸ ਇਜ਼ ਫੰਡਾਮੈਂਟਲ ਲੈਬ, ਐਂਡ ਦਿਸ ਇਜ਼ MCH ਐਂਡ ਕਮਿਊਨਿਟੀ ਲੈਬ। ਮੈਡਮ ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਇਹ ਜਿਹੜੀ ਪੜ੍ਹਾਈ ਹੈਗੀ ਹੈ ਨਰਸਿੰਗ ਦੀ, ਉਹ ਇੱਕ ਹੋਮਲੀ ਐਟਮੋਸਫੀਅਰ ਦੇ ਵਿੱਚ ਸਟੂਡੈਂਟ ਟੀਚਰ ਰੇਸ਼ੋ ਘੱਟ ਰੱਖੀ ਹੈ ਤੁਹਾਡੀ, ਪਰ ਆਪਾਂ ਇਹਨਾਂ ਨੂੰ ਦੱਸਦੇ ਹਾਂ ਨਰਸਿੰਗ ਬਾਰੇ ਕਿੱਦਾਂ ਪੇਸ਼ੈਂਟ ਦੀ ਕੇਅਰ ਕਰਦੇ ਹਾਂ ਆਪਾਂ, ਕਿੱਦਾਂ ਪੇਸ਼ੈਂਟ ਨਾਲ ਡੀਲ ਕਰਨਾ, ਪੇਸ਼ੈਂਟ ਦੇ ਨਾਲ ਵੇ ਆਫ ਟਾਕਿੰਗ ਕਿੱਦੀ ਕਾ, ਫਿਰ ਆਪਾਂ ਇਹਨਾਂ ਨੂੰ ਅਨੋਟਮੀ ਦੱਸਦੇ ਹਾਂ ਜਿਹਦੇ ਵਿੱਚ ਆਪਾਂ ਸਾਰੇ ਆਪਾਂ ਬੋਨਸ ਵਗੈਰਾ, ਬ੍ਰੇਨ, ਨਰਵਸ ਸਿਸਟਮ ਸਾਰਾ ਕੁਝ ਦੱਸਿਆ ਜਾਂਦਾ, ਫਿਰ ਆਪਾਂ ਇਹਨਾਂ ਨੂੰ ਪ੍ਰੋਸੀਜਰ ਕਰਵਾਏ ਜਾਂਦੇ ਆ, ਲਾਈਕ ਜਿੱਦਾਂ ਬੈੱਡ ਮੇਕਿੰਗ, ਪੇਸ਼ੈਂਟ ਦੇ ਹੇਅਰ ਵਾਸ਼, ਕਿ ਪੇਸ਼ੈਂਟ ਨੂੰ ਹੋਸਪਿਟਲ ਦੇ ਵਿੱਚ ਜਾ ਕੇ ਆਪਾਂ ਕਿੱਦਾਂ ਡੀਲ ਕਰਾਂਗੇ। ਮੈਡਮ ਕੀ ਕਹਿਣਾ ਚਾਹੋਗੇ ਕਿ ਡੈਨਿਸ ਦੇ ਲਈ ਵੀ ਇਹ ਬੱਚੇ ਜਿਹੜੇ ਹੈਗੇ ਆ ਵਰਲਡ ਲੈਵਲ ਦੇ ਉੱਤੇ ਸੇਵਾ ਕਰਨਗੇ, ਔਰ ਆਉਣ ਵਾਲੇ ਸਮੇਂ ਦੇ ਜਿੱਦਾਂ ਆਪਾਂ ਹਰ ਕੰਟਰੀ ਨੂੰ ਅੱਜ ਨਰਸਿੰਗ ਦੀ ਜ਼ਰੂਰਤ ਹੈ, ਕਰੋਨਾ ਵੇਲੇ ਆਪਾਂ ਦੇਖਿਆ ਕਿ ਨਰਸਿੰਗ ਮਿਲ ਹੀ ਨਹੀਂ ਰਹੀਆਂ ਸੀਗੀਆਂ, ਔਰ ਨਰਸਿੰਗ ਦਾ ਬਹੁਤ ਵੱਡਾ ਸਕੋਪ। ਹਾਂਜੀ, ਨਰਸਿੰਗ ਦਾ ਬਹੁਤ ਵੱਡਾ ਸਕੋਪ ਆ, ਵੇਖੋ ਜਿੱਦਾਂ ਆਪਾਂ ਫੋਰਨ ਵੀ ਜਾਂਦੇ ਹਾਂ, ਹਰ ਕੰਟਰੀ ਦੇ ਵਿੱਚ ਨਰਸਿੰਗ ਸਟੂਡੈਂਟਸ ਦੀ ਬਹੁਤ ਡਿਮਾਂਡ ਹੁੰਦੀ ਆ, ਕਿਉਂਕਿ ਜਿੱਥੇ ਲਾਈਕ ਓਲਡ ਏਜ ਹੋਮ ਹੀ ਹੁੰਦੇ ਆ, ਆਪਾਂ ਜਿਹੜੇ ਓਲਡ ਪੇਸ਼ੈਂਟ ਹੁੰਦੇ ਆ ਉਹਨਾਂ ਦੀ ਆਪਾਂ ਕੇਅਰ ਕਰਦੇ ਹਾਂ, ਠੀਕ ਆ, ਉਹਨਾਂ ਨੂੰ ਕਿੱਦਾਂ ਡੀਲ ਕਰਨਾ ਵਾ, ਕਈ ਵਾਰ ਕੀ ਹੁੰਦਾ ਵਾ ਕਿ ਕਈ ਜਿਹੜੇ ਬੱਚੇ ਹੁੰਦੇ ਆ ਆਪਣੇ ਪੇਰੈਂਟਸ ਨੂੰ ਨਹੀਂ ਹੈਂਡਲ ਕਰਦੇ, ਨਰਸਿੰਗ ਸਟੂਡੈਂਟਸ ਜਿਹੜੇ ਹੁੰਦੇ ਆ ਉਹ ਪੜ੍ਹ ਲਿਖ ਕੇ ਇੱਧਰੋਂ ਜਾਂਦੇ ਆ, ਫੋਰਨ ਜਾ ਕੇ ਉਹਨਾਂ ਦੀ ਕੇਅਰ ਕਰਦੇ ਆ। ਬੇਟਾ ਕੀ ਕਹਿਣਾ ਚਾਹੋਗੇ ਕਿ ਇਹ ਕਾਲਜ 'ਚ ਵੈਲਿਊਜ਼ ਸਿਖਾਈਆਂ ਜਾਂਦੀਆਂ ਕਿ ਅਸੀਂ ਇੱਕ ਨਰਸ ਨਹੀਂ ਇੱਕ ਇਨਸਾਨ ਵੀ ਬਣਨਾ, ਕਿਸ ਤਰੀਕੇ ਨਾਲ ਅਸੀਂ ਸੇਵਾ ਕਰਨੀ ਆ ਪੇਸ਼ੈਂਟ ਦੀ, ਔਰ ਪੇਸ਼ੈਂਟ ਕਦੇ ਗੁੱਸੇ 'ਚ ਵੀ ਆ ਸਕਦੇ ਆ, ਟੀਚਰ ਦਾ ਜਿਹੜੇ ਉਹ ਬਹੁਤ ਡੀਪਲੀ ਤੁਹਾਨੂੰ ਇਸ ਚੀਜ਼ ਦਾ ਸਮਝਾਉਂਦੇ ਆ। ਜੇ ਸਾਨੂੰ ਮਤਲਬ ਡੀਲ ਕਰਨ ਲਈ ਐਟੀਕੇਟਸ ਹੋਣੇ ਚਾਹੀਦੇ, ਹਾਊ ਟੂ ਉਹਨਾਂ ਨੂੰ ਸਿਖਾਉਣਾ ਚਾਹੀਦਾ, ਮਤਲਬ ਜਦੋਂ ਉਹਨਾਂ ਨੇ
ਕੇਅਰ ਪ੍ਰੋਵਾਈਡ ਕਰਨੀ ਆ, ਉਹਨਾਂ ਨੂੰ ਸਮਝਾਉਣਾ ਵਾ, ਉਹਨਾਂ ਨੂੰ ਆਪਣੇ ਬਾਰੇ ਦੱਸਣਾ ਵਾ ਕਿ ਅਸੀਂ ਤੁਹਾਡੇ ਕੀ ਬੈਨੀਫਿਸ਼ੀਅਲ ਅਤੇ ਕੀ ਨਹੀਂ। ਸਰ ਬਹੁਤ ਵਧੀਆ ਵਧੀਆ ਐਜੂਕੇਸ਼ਨ ਪ੍ਰੋਵਾਈਡ ਹੋ ਰਹੀ ਆ। ਔਰ ਜਿੱਦਾਂ ਅੱਜ ਤੁਸੀਂ ਦੇਖਿਆ ਕਿ ਅਸੀਂ ਪਹਿਲਾਂ ਤੁਸੀਂ ਤਿਆਰੀ ਕਰ ਰਹੇ ਸੀਗੇ ਫੰਕਸ਼ਨ ਦੀ, ਇਹ ਕਾਲਜ ਦਾ ਜਿਹੜਾ ਇਹ ਬਲੰਡ ਹੈਗਾ ਹਮੇਸ਼ਾ ਕੋਈ ਨਾ ਕੋਈ ਨਵੀਂ ਚੀਜ਼। ਹਾਂਜੀ ਹਾਂਜੀ ਸਰ, ਕਾਲਜ ਦੇ ਵਿੱਚ ਹਰ ਫੈਸਟੀਵਲ ਮਨਾਏ ਜਾਂਦੇ ਆ ਅਤੇ ਉਹਨਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਆ ਅਤੇ ਹਰ ਇੱਕ ਬੱਚੇ ਨੂੰ ਪਾਰਟੀਸਪੇਟ ਵੀ ਕਰਨਾ ਚਾਹੀਦਾ ਵਾ ਅਤੇ ਔਰ ਹਮੇਸ਼ਾ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ। ਹਾਂਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬੇਟਾ? ਜੀ ਪੱਟੀ ਤੋਂ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ ਕਾਲਜ 'ਚ? ਹਾਂਜੀ ਸਰ, ਬਹੁਤ ਵਧੀਆ ਕਾਲਜ 'ਚ ਮਹਿਸੂਸ ਕਰਦੇ ਹਾਂ ਆਪਾਂ, ਜਿਵੇਂ ਕਿ ਤੁਹਾਨੂੰ ਮੈਮ ਨੇ ਦੱਸਿਆ ਹੋਇਆ ਕਿ ਇਸ ਕਾਲਜ ਬਾਰੇ ਕਿ ਕਿਵੇਂ ਨਰਸਿੰਗ ਨੂੰ ਪ੍ਰੋਵਾਈਡ ਕੀਤਾ ਜਾਂਦਾ, ਕਿਵੇਂ ਉਹਨਾਂ ਦੇ ਬੈਨੀਫਿਟਸ ਹੈਗੇ ਆ, ਦੈਨ ਕਾਲਜ ਤੋਂ ਹੋਸਪਿਟਲ ਜਾਣਾ, ਸਾਰਾ ਕੁਝ ਬਹੁਤ ਵਧੀਆ ਸਿਖਾਇਆ ਜਾਂਦਾ ਹੈ। ਕਲੀਨਿਕਲ 'ਚ ਤੁਹਾਨੂੰ ਬੜੀ ਪ੍ਰੈਕਟਿਸ ਦਾ ਮੌਕਾ ਮਿਲਦਾ ਹੈਗਾ, ਸਿਵਲ ਹੋਸਪਿਟਲ, ਮੈਂਟਲ ਹੋਸਪਿਟਲ ਅੰਮ੍ਰਿਤਸਰ ਔਰ ਵੱਡੇ ਵੱਡੇ ਹੋਸਪਿਟਲਾਂ 'ਚ ਲੈ ਜਾਂਦਾ, ਫੀਲ ਹੁੰਦਾ ਆ ਅਤੇ ਮਤਲਬ ਕਿ ਜਦੋਂ ਆਪਾਂ ਇਹਨੂੰ ਕਰਦੇ ਹਾਂ ਇਹਦੀ ਅਬਰੋਡ 'ਚ ਵੀ ਬਹੁਤ ਹੈਗੀ ਆ ਸਟੂਡੈਂਟਸ ਦੀ, ਸਟੂਡੈਂਟਸ ਨੂੰ ਬਹੁਤ ਸਕੋਪ ਆ ਨਰਸਿੰਗ ਦਾ। ਔਰ ਤੁਹਾਨੂੰ ਵਧੀਆ ਲੱਗਦਾ ਜਦੋਂ ਵੱਡੇ ਵੱਡੇ ਹੋਸਪਿਟਲਾਂ 'ਚ ਤੁਸੀਂ ਤੁਹਾਨੂੰ ਲੈ ਕੇ ਜਾਂਦੇ? ਹਾਂਜੀ। ਬੇਟਾ ਕੀ ਕਹਿਣਾ ਚਾਹੋਗੇ, ਕਿੱਦਾਂ ਲੱਗਦਾ? ਸਰ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਹੋਸਪਿਟਲ 'ਚ ਵਰਕ ਕਰਨ ਜਾਂਦੇ ਹਾਂ ਅਤੇ ਸਾਨੂੰ ਉੱਥੇ ਸੇਵਾ ਕਰਨੀ ਮਿਲਦੀ ਆ। ਔਰ ਲੱਗਦਾ ਕਿ ਪੇਸ਼ੈਂਟਸ ਦਾ ਜਿਹੜੇ ਆਪਣੇ ਫੈਮਿਲੀ ਵਾਲੇ ਉਹ ਵੀ ਹੁਣ ਬੁਲਾਉਣ ਲੱਗ ਗਏ ਵੀ ਬੇਟੀ ਨੂੰ ਬੁਲਾਓ ਭਾਈ, ਉਹਨੂੰ ਸਾਰਾ ਪਤਾ ਨਰਸਿੰਗ ਦਾ? ਹਾਂਜੀ ਸਰ, ਲੱਗਦਾ ਹੈ ਸਾਰਿਆਂ ਦੇ ਵਿੱਚ ਅਲੱਗ ਪਹਿਚਾਣ ਹੁੰਦੀ ਹੈ ਕਿ? ਹਾਂਜੀ ਹਾਂਜੀ ਸਰ, ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਹਾਂਜੀ ਸਰ, ਬਹੁਤ ਵਧੀਆ ਵਧੀਆ ਮਹਿਸੂਸ ਕਰ। ਸਰ ਬਹੁਤ ਵਧੀਆ ਮਹਿਸੂਸ ਕਰ ਰਹੇ, ਸਾਰੇ ਕੁਝ ਨਵਾਂ ਨਵਾਂ ਸਿੱਖਣ ਨੂੰ ਮਿਲਦਾ ਡੇਲੀ। ਸਰ ਬਹੁਤ ਵਧੀਆ ਮਹਿਸੂਸ ਕਰਦੇ, ਇੱਥੇ ਡੇਲੀ ਨਿਊ ਚੀਜ਼ਾਂ ਸਿਖਾਈ ਜਾਂਦੀਆਂ ਨਰਸਿੰਗ ਬਾਰੇ। ਸਰ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਕਿਉਂਕਿ ਇੱਥੇ ਡੇਲੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਵਾ, ਜਿਸ ਤਰ੍ਹਾਂ ਕਿ ਫੰਕਸ਼ਨਸ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਨਾਲ ਦੇ ਨਾਲ, ਨਰਸਿੰਗ ਬਾਰੇ ਵੀ ਬਹੁਤ ਕੁਛ। ਕਿ ਲਾਇਬ੍ਰੇਰੀ ਜਿਹੜੀ ਹੈ ਉਹ ਫੁੱਲ ਆਫ ਬੁੱਕਸ ਦੇ ਨਾਲ ਹੈ ਔਰ ਸਾਡੇ ਲਾਇਬ੍ਰੇਰੀਅਨ ਮੈਡਮ ਜਿਹੜੇ ਬਹੁਤ ਮਿਹਨਤ ਦੇ ਨਾਲ ਬੱਚਿਆਂ ਨੂੰ ਬੜੇ ਧੰਮਲ ਦੇ ਨਾਲ ਪ੍ਰੇਮ ਦੇ ਨਾਲ ਸਾਰਾ ਦੱਸਦੇ ਨੇ ਔਰ ਬੁੱਕਸ ਡਿਸਟ੍ਰੀਬਿਊਟ ਕਰਦੇ ਆ। ਮੈਡਮ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਸਿਰਫ ਮਤਲਬ ਜਿਸ ਤਰ੍ਹਾਂ ਬੱਚੇ ਨੂੰ ਜਿਹੜੇ ਵੀ ਸਬਜੈਕਟ ਦੀ ਬੁੱਕ ਚਾਹੀਦੀ ਹੁੰਦੀ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਕਿ ਤੁਹਾਨੂੰ ਮਤਲਬ ਕਿਸ ਟਾਈਮ 'ਤੇ ਤੁਸੀਂ ਕਿਹੜੀ ਬੁੱਕ ਦੇ ਵਿੱਚੋਂ ਤੁਹਾਨੂੰ ਜ਼ਿਆਦਾ ਮਿਲ ਸਕਦਾ ਮਟੀਰੀਅਲ, ਉਹ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਦੀ ਹਾਂ। ਇਸ਼ੂ ਵੀ ਕੀਤੀਆਂ ਜਾਂਦੀਆਂ, ਕੁਛ ਬੱਚੇ ਹੁੰਦੇ ਆ ਕਿ ਬੁੱਕਸ ਨਹੀਂ ਖਰੀਦ ਸਕਦੇ, ਉਹਨਾਂ ਦੀ ਵੀ ਹੈਲਪ ਹੋ ਜਾਂਦੀ ਹੈ ਕਿ ਉਹਨਾਂ ਨੂੰ ਕੁਛ ਨਾ ਕੁਛ ਮਟੀਰੀਅਲ ਜਦੋਂ ਅਸੀਂ ਇਸ਼ੂ ਕਰਦੇ ਉਹਨਾਂ ਨੂੰ ਮਿਲ ਜਾਂਦਾ, ਈਜ਼ੀ ਪੜ੍ਹ ਸਕਦੇ। ਔਰ ਇੱਥੋਂ ਦੇ ਜਿਹੜੇ ਡਾਇਰੈਕਟਰਸ ਆ ਉਹ ਹਮੇਸ਼ਾ ਕਹਿੰਦੇ ਆ ਵੀ ਮੈਡਮ ਦੱਸੋ ਹੋਰ ਨਹੀਂ ਆ ਬੁੱਕਸ ਅਸੀਂ ਲਿਆ ਕੇ ਦਈਏ, ਔਰ ਉਹਨਾਂ ਦਾ ਹਮੇਸ਼ਾ ਇਹ ਹੁੰਦਾ ਕਿ ਕੋਈ ਨਾ ਕੋਈ ਚੀਜ਼ ਅਸੀਂ ਬੱਚਿਆਂ ਦੇ ਮਤਲਬ ਬੱਚਿਆਂ ਨੂੰ ਮਜ਼ਾ ਆਵੇ ਸਾਡੇ ਕਾਲਜ। ਹਾਂਜੀ ਬਿਲਕੁਲ, ਇਹ ਹੁੰਦਾ ਕਿ ਜਿਵੇਂ ਕੋਈ ਨਵੇਂ ਔਥਰ ਦੀ ਬੁੱਕ ਆਉਂਦੀ ਹੈ ਤਾਂ ਬੱਚਿਆਂ ਨੂੰ ਵੀ ਮਤਲਬ ਮਿਲੇ, ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏ ਟਾਈਮ ਟੂ ਟਾਈਮ, ਇਸ ਲਈ ਮਤਲਬ ਅਸੀਂ ਨਵੀਆਂ ਨਵੀਆਂ ਬੁੱਕਸ ਮੰਗਵਾਉਂਦੇ ਰਹਿੰਦੇ ਹਾਂ। ਔਰ ਜਿੱਦਾਂ ਨਾਈਟਿੰਗਲ ਦੀ ਆਪਾਂ ਗੱਲ ਕਰ ਲਈਏ, ਜਿਸ ਦਿਨ ਨਰਸਿੰਗ ਡੇ ਮਨਾਉਂਦੇ ਆ ਇੱਥੇ, ਇਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਜਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਕਾਲਜ ਆ ਜਿਹੜਾ ਇੱਕ ਬਹੁਤ ਹੀ ਖੁਸ਼ਬੂ ਵਾਲਾ ਕਾਲਜ ਆ ਜਿੱਥੇ ਮਿਹਨਤ ਕਰਾਈ ਜਾਂਦੀ ਆ ਬੱਚਿਆਂ ਨੂੰ ਔਰ ਬੱਚੇ ਬਣ ਕੇ ਅੱਜ ਜਦੋਂ ਤੁਸੀਂ ਕਿਸੇ ਹੋਸਪਿਟਲ ਜਾਂਦੇ ਆ ਲੋਕ ਪੈਰਾਂ ਵੱਲ ਆਉਂਦੀਆਂ ਨਰਸਿਸ ਵੱਡੀਆਂ ਵੱਡੀਆਂ ਤਾਂ ਫਿਰ ਮਜ਼ਾ ਜਾਂਦਾ ਕਿ ਸਾਡੇ ਬੱਚੇ ਪੜ੍ਹਾਏ ਆ। ਬਿਲਕੁਲ ਸਰ, ਪਰ ਆਪਣੇ ਆਪ 'ਤੇ ਵੀ ਪ੍ਰਾਊਡ ਹੁੰਦਾ, ਬੱਚਿਆਂ 'ਤੇ ਪ੍ਰਾਊਡ ਹੁੰਦਾ ਜਦੋਂ ਕੁਛ ਮਤਲਬ ਤੁਸੀਂ ਕਰਕੇ ਦਿਖਾਉਂਦੇ, ਬੱਚੇ ਸਾਨੂੰ ਵਧੀਆ ਮਿਲਦੇ ਆ, ਬਾਅਦ ਵਿੱਚ ਆ ਕੇ ਮਿਲਦੇ ਆ ਤਾਂ ਪਤਾ ਚੱਲਦਾ, ਕਈ ਵਾਰ ਤਾਂ ਅਸੀਂ ਨਹੀਂ ਪਹਿਚਾਣ ਪਾਉਂਦੇ ਕਿ ਸਾਡੇ ਕੋਈ ਪੜ੍ਹ ਕੇ ਗਏ।